ਅ ਕੀ ਕਰੀ ਜਾਂਦਾ ਰੋਜ ਇਹ ਚੁੰਬੜਾ ਲੈਂਦਾ ਖੂਟਿਆਂ ਜਿਆ ਨੂੰ ਨਹੀਂ ਤਾਂ ਹੋਰ ਕੋਈ ਕੰਮ ਵੀ ਨਹੀਂ ਹੈਗਾ ਕੋਈ ਹੋਰ ਚੱਜ ਦਾ ਕੰਮ ਕਰ ਲਾ ਨਾ ਮੈਂ ਤਿੰਨ ਚਾਰ ਦਿਨ ਹੋ ਗਏ ਦੇਖਦੀ ਨੂੰ ਤੂੰ ਉਹ ਜਿਹੜਾ ਬੂਟਾ ਲਾਇਆ ਤਿੰਨ ਚਾਰ ਦਿਨਾਂ ਦਾ ਉਹਨੂੰ ਰੋਜ ਜਾ ਕੇ ਹਿਲਾਉਣ ਲੱਗ ਜਾਣਾ ਉਹ ਲੱਗੂ ਕੀ ਸਵਾ ਉਹ ਜਿਹੜਾ ਤੂੰ ਨਿੱਤ ਹਿਲਾਉਣਾ ਲੱਗਣ ਦੇ ਉਹਨੂੰ ਝੜ ਨੂੰ ਓ ਮਮੀ ਜਿੱਥੋਂ ਮੈਂ ਪੱਟ ਕੇ ਲੈ ਕੇ ਆਂਦਾ ਉਹ ਸਾਰੇ ਬੂਟਿਆਂ ਨੂੰ ਫੁੱਲ ਲੱਗੇ ਹੋਏ ਨੇ ਤੇ ਇਹਨੂੰ ਹੇਠੱਕ ਇੱਕ ਵੀ ਨਹੀਂ ਲੱਗਿਆ ਹੈਗਾ ਮਤਾ ਹਲਾ ਕੇ ਦੇਖਦਾ ਵੀ ਲੱਗ ਜਵੇ ਸ਼ਾਇਦ ੱਲੇ ਤੇ ਲੱਗ ਜਾਊਗਾ ਪਤਾ ਮਾੜੀ ਮੋਟੀ ਛਾਤ ਮਕਾਰ ਤੈਂ ਪੱਟ ਕੇ ਲਿਆਂਦਾ ਦੂਜੀ ਜਗ੍ਹਾ ਤੇ ਲਾਇਆ ਉਹਦੀ ਜੜ ਲੱਗੂ ਉਹਨੂੰ ਪਾਣੀ ਪਾਇਆ ਕਰ ਉਸ ਕਠਨ ਹੋਵੇ ਧਰਤੀ ਉਹਦੀਆਂ ਜੜਾਂ ਨੂੰ ਫੜੇ ਫੇਰ ਉਹਨੂੰ ਪੁੱਤ ਫੁੱਲ ਲੱਗਣਗੇ ਐਡੀ ਸੇ ਤੇ ਉਹਨੂੰ ਕਾਦੇ ਫੁੱਲ ਲੱਗ ਜਾਣ ਮੰਮੀ ਇਹੀ ਤਾਂ ਗੱਲ ਮੈਂ ਤੁਹਾਨੂੰ ਬੂਟੇ ਦੇ ਜਰੀਏ ਸਮਝਾਉਣ ਲੱਗਿਆ ਅਜੇ ਛੋਟੇ ਦੇ ਵਿਆਹ ਹੋਏ ਨੂੰ 10 ਦਿਨ ਹੋਏ ਨੇ ਤੇ ਤੁਸੀਂ ਆਉਣ ਸਾਰੀ ਉਦੀ ਬਹੁਣ ਕਰਨ ਲੱਗ ਲਿਆ ਤੈਨੂੰ ਕੋਉਂਦਾ ਹੀ ਨਹੀਂ ਤੂੰ ਸਾਡੇ ਘਰ ਚ ਕਿਵੇਂ ਬਿਸਰੇਂਗੀ ਫਲਾਣਾ ਧਮਕਾਣਾ ਤੇਨ ਸਾਡੇ ਤੌਰ ਤਰੀਕੇ ਨਹੀਂ ਪਤਾ ਲੱਗੇ ਸਾਰਾ ਕੁਝ ਫਟਾਫਟ ਸਿੱਖ ਲਾ ਐ ਕਰ ਲਾ ਉਹ ਕਰ ਲਾ ਉਹ ਕਰ ਲਾ ਕਿਵੇਂ ਸਿੱਖ ਲੂਗੀ ਨਹੀਂ ਜਲਦੀ ਉਹ ਕਿਵੇਂ ਤੁਹਾਡੇ ਤੌਰ ਤਰੀਕੇ ਨੂੰ ਆਉਣ ਲੱਗਣਗੇ ਜਿੱਦਾਂ ਬੂਟਿਆਂ ਨੂੰ ਫੜ ਲੈਣਾ ਲੱਗਦਾ ਦੂਜੀ ਜਗ੍ਹਾ ਪੱਟ ਕੇ ਇੱਕਦਾਂ ਹੀ ਸੇਮ ਇਹ ਬੰਦੇ ਔਰਤ ਜਦ ਇੱਕ ਘਰ ਛੱਡ ਕੇ ਦੂਜੇ ਘਰੇ ਆਉਂਦੀ ਹੈ ਨਾ ਉਹ ਇੱਕ ਜਗ੍ਹਾ ਤੋਂ ਪੱਟ ਕੇ ਦੂਜੀ ਜਗ੍ਹਾ ਲਾਈ ਜਾਂਦੀ ਹੈ ਉਹਨੂੰ ਵਕਤ ਦੋ ਉਹਨੂੰ ਟਾਈਮ ਦੋ ਟਾਈਮ ਦੋ ਤਾਂ ਕਿ ਉਹ ਸਮਝ ਸਕੇ ਇਥੋਂ ਦੇ এনवायरमेंट ਨੂੰ ਵਿੱਚ ਆਪਣੇ ਆਪ ਚ ਅੰਦਰ ਵਸਾ ਸਕੇ ਉਹ ਤਾਂ ਘਰ ਵਾਸਤੇ ਹੁੰਦੇ ਨੇ ਤੁਸੀਂ ਤਾਂ ਵੇਖ ਕੇ ਆਉਣ ਸਾਰੇ ਜੀ ਦੂਜੀ ਦਿਨ ਘਰੇ ਕੁੜੀ ਆਉਂਦੀ ਆ ਸਾਰੇ ਹੀ ਟੁੱਟ ਕੇ ਪੈ ਜਾਂਦੇ ਨੇ ਨਣ ਬਾਕੀ ਸਾਰੀਆਂ ਕੀ ਸਾਰੀਆਂ ਗਵੰਡਲਾ ਵੀ ਫਿਰ ਸਸਾ ਬਣ ਜਾਂਦੀਆਂ ਨੇ ਐ ਸਮਝ ਨਹੀਂ ਐ ਇਦਾਂ ਕਰ ਲਈ ਫਲਾਣਾ ਕਰ ਲਈ ਇਹ ਮੈਂ ਜਾਣ ਕੇ ਕਰ ਰਹਾ ਸੀ ਮੈਨੂੰ ਪਤਾ ਸੀ ਵੀ ਨਹੀਂ ਇਹਦੀ ਫੜ ਨਹੀਂ ਰੱਖਣੀ ਕਿਉਂਕਿ ਦੂਜੀ ਜਗ੍ਹਾ ਪੱਟ ਕੇ ਲਾਇਆ ਹੈ ਸੇਮ ਵਿਦ ਕੁੜੀਆਂ ਜਿਹਦੇ ਕਰ ਦੂਜੇ ਘਰ ਜਾਂਦੀਆਂ ਨੇ ਨਾ ਉਹਨਾਂ ਨੂੰ ਵਕਤ ਦਿਆ ਕਰੋ ਸਮਝਣ ਦਾ ਮੌਕਾ ਦਿਆ ਕਰੋ ਤੈਂ ਪੁੱਤ ਬਿਲਕੁਲ ਸਹੀ ਗੱਲ ਕਹੀ ਆ ਇੱਕ ਦਮ ਈਆਂ ਜਦੋਂ ਆਪਾਂ ਨੋਹਾ ਬਣਾ ਕੇ ਲੈ ਕੇ ਆਉਂਦੇ ਆ ਨਾ ਉਹਨੂੰ ਨਹੀਂ ਪਤਾ ਲੱਗਦਾ ਇਹ ਵਕਤ ਸਾਡੇ ਤੇ ਵੀ ਗੁਜ਼ਰਿਆ ਸਾਨੂੰ ਵੀ ਪਤਾ ਨਹੀਂ ਸੀ ਲੱਗਦਾ ਹੁੰਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਸਾਨੂੰ ਵੀ ਅੰਦਾਜ਼ਾ ਸੀ ਏ ਆਈ ਨਹੀਂ ਕਰਦੇ ਅਸੀਂ ਆਪਣਾ ਟਾਈਮ ਭੁੱਲ ਜਾਂਦੇ ਆ ਉਹ ਆਪਣੇ ਨਾਲ ਹੋਈਆਂ ਹੋਈਆਂ ਗਾਹਾਂ ਆਪਾਂ ਨੋਹਾ ਚ ਕਰਨ ਲੱਗ ਜਾਂਦੇ ਆ ਪਰ ਇਹ ਸਾਨੂੰ ਕਰਨਾ ਨਹੀਂ ਚਾਹੀਦਾ ਇਹ ਸੋਚਣਾ ਚਾਹੀਦਾ ਵੀ ਕੋਈ ਨਾ ਇਹਨੂੰ ਟਾਈਮ ਲੱਗੂ ਹਰ ਚੀਜ਼ ਨੂੰ ਵਕਤ ਹੁੰਦਾ ਹੈ ਬਿਲਕੁਲ ਜੀ ਆਪਾਂ ਜਦੋਂ ਕਿਸੇ ਨਵੀਂ ਕੰਟਰੀ ਜਾਂਦੇ ਆਂ ਤਾਂ ਸਾਨੂੰ ਕੰਟਰੀ ਦੇ ਰੂਲ ਨਹੀਂ ਪਤਾ ਲੱਗਦੇ ਰੈਗੂਲੇਸ਼ਨਸ ਨਹੀਂ ਪਤਾ ਲੱਗਦੀਆਂ ਸਾਨੂੰ ਪੜਾਈ ਨਹੀਂ ਸਮਝ ਲੱਗਦੀ ਜਦੋਂ ਆਪਾਂ ਕਿਸੇ ਨਵੀਂ ਕਲਾਸ ਵਿੱਚ ਜਾਂਦੇ ਆਂ ਟੀਚਰ ਨੂੰ ਸਾਨੂੰ ਸਮਝ ਲੱਗਦਾ ਵੀ ਕਿੱਦਾਂ ਦਾ ਫਿਰ ਹੌਲੀ ਹੌਲੀ ਵਕਤ ਤੇ ਲੈ ਜੀ ਨੂੰ ਅੰਡਰਸਟੈਂਡ ਕਰਨਾ ਸ਼ੁਰੂ ਹੋ ਜਾਂਦਾ ਸਮਝਣ ਲੱਗ ਜਾਂਦਾ ਇਹ ਵਕਤ ਦਿਆ ਕਰੋ ਹਰ ਚੀਜ਼ ਵਕਤ ਨਾਲ ਦੇ ਜਾਕਮ ਕਿਹੜੇ ਇੱਕਦਮ ਪੜ ਜਾਂਦਾ ਮੱਲਮ ਪੱਟੀ ਕਰਦੇ ਆ ਉਸਦੇ ਨਾ ਲਾਣਾ ਤੇ ਮਕਾਣਾ ਦਵਾਈਆਂ ਲਾਉਨੇ ਤਾਂ ਕਿ ਤੇ ਜਖਮ ਕੁਝ ਪਲ ਦੇ ਬਾਅਦ ਟਾਈਮ ਦੇ ਬਾਅਦ ਜ਼ਖਮ ਠੀਕ ਹੁੰਦਾ ਸੋ ਇੱਕ ਦੂਜੇ ਨੂੰ ਵਕਤ ਰਿਹਾ ਕਰੋ ਸਮਝਣ ਦਾ ਨਹੀਂ ਦੋਗੇ ਤਾਂ ਫਿਰ ਜ਼ਖਮ ਵੀ ਨਹੀਂ ਭਰਨੇ ਤਾਂ ਫਲ ਵੀ ਲੱਗਣੇ ਤਾਂ ਘਰ ਵੀ ਨਹੀਂ ਵਸਣਾ ਥੈਂਕ ਯੂ